ਡੀ ਐਮ ਸਿੰਘ ਦੀ ਮਿੰਨੀ ਕਹਾਣੀ ਖੇਖਣ ਜੁਵਾਈ ਦੇ ਬੇਵਕਤ ਗੁਜ਼ਰ ਜਾਂਦੇ ਜੀਵਨ ਕੌਰ ਨੇ ਕੀਰਨੇ ਪਾ ਪਾ ਕੇ ਤੇ ਉੱਚੀ ਉੱਚੀ ਵਹਿਣ ਪਾ ਕੇ ਕਈਆਂ ਨੂੰ ਚੰਦ ਮਿੰਟਾਂ ਚ ਜੀ ਰਵਾ ਦਿੱਤਾ ਸੀ ਹਾਂ ਇਸ 'ਚ ਕੋਈ ਸ਼ੱਕ ਨਹੀਂ ਕਿ ਜੀਵਨ ਕੌਰ ਦੇ ਜੁਵਾਈ ਸਤਿੰਦਰ ਪਾਲ ਦੀ ਉਮਰ ਨਹੀਂ ਸੀ ਕੋਈ ਜਾਣਦੀ ਕੋਈ 40 41 ਵਰਿਆਂ ਦਾ ਹੋਣਾ ਇੰਜੀਨੀਅਰ ਸੀ ਚੰਗੇ ਅਹੁਦੇ ਤੇ ਸਰਕਾਰੀ ਨੌਕਰ ਨੌਕਰੀ 'ਚ ਤਾਇਨਾਤ ਸੀ ਕੁਝ 7-8 ਮਹੀਨੇ ਹੋਏ ਪਤਾ ਲੱਗਿਆ ਕਿ ਜਿਹਨੂੰ ਕੋਈ ਡੇਢ ਬਰੇ ਤੋਂ ਢਿੱਡ ਭੇਡ ਤੇ ਮੇਤਾ ਖਰਾਬ ਦੀ ਤਕਲੀਫ ਸਮਝਦੇ ਰਹੇ ਉਹ ਲੀਵਰ ਕੈਂਸਰ ਸੀ ਬੜਾ ਇਲਾਜ ਕਰਾਇਆ ਪਰ ਆਸਾਂ ਜਿੰਨੀਆਂ ਮਰਜ਼ੀ ਕੋਈ ਬਣਾਈ ਜਾਏ ਕੈਂਸਰ ਅੱਗੇ ਤਾਂ ਜਾਨ ਦੇ ਕੇ ਹੀ ਜਾਨ ਛੁੱਟਦੀ ਹੈ ਇਹਨਾਂ 7-8 ਮਹੀਨਿਆਂ ਚ ਭਾਵੇਂ ਘਰ ਵਾਲੇ ਮਾਨਸਿਕ ਤੌਰ ਤੇ ਸਤੰਦਰ ਪਾਲ ਦੇ ਨਾਮ ਬਚ ਸਕਣ ਨੂੰ ਕਬੂਲ ਚੁੱਕੇ ਸਨ ਪਰ ਫਿਰ ਵੀ 44-42 ਵਰਿਆਂ ਦੀ ਉਮਰ ਵਿੱਚ ਪਰਲੋਕ ਸਿਹਤਾਰ ਜਾਣਾ ਦੁਖਦਈ ਸੀ ਬਸ 30-40 ਵਡੇਰੀ ਉਮਰ ਦੀਆਂ ਜਨਾਨੀਆਂ ਵਿੱਚ ਜਿਵੇਂ ਵੈਣ ਪਾਉਣ ਦਾ ਮੁਕਾਬਲਾ ਚੱਲ ਰਿਹਾ ਸੀ ਕਈ ਵਾਰ ਬੇਨਤੀ ਕਰਨ ਤੇ ਵੀ ਉਹਨਾਂ ਚੋਂ ਕਿਸੇ ਨੇ ਪਾਣੀ ਪੀਣਾ ਵੀ ਸਵੀਕਾਰ ਨਹੀਂ ਸੀ ਕੀਤਾ ਮੇਰੇ ਅੰਦਰ ਨਹੀਂ ਲੰਗਦਾ ਮੇਰਾ ਗੱਭਰੂ ਜਵਾਨ ਰੋਸ਼ਨ ਮਨਾਰਾ ਮੇਰੀਆਂ ਅੱਖਾਂ ਦਾ ਤਾਰਾ ਹਾਇ ਚਲਾ ਗਿਆ ਰੱਬਾ ਤੂੰ ਮੇਰੀ ਉਮਰ ਉਹਨੂੰ ਦੇ ਦਿੰਦਾ ਮੈਂ ਕੀ ਕਰਨਾ ਜੀ ਕੀ ਜੀਵਨ ਕੋਡਸਕਡਸ ਕੇ ਜਦੋਂ ਲਗਾਤਾਰ ਕਹਿੰਦੀ ਕਈਆਂ ਦੀਆਂ ਅੱਖਾਂ ਮੁਹਾਰੇ ਸੇਜਲ ਹੋ ਰਹੀਆਂ ਸਨ ਉਦੇ ਕਹਿੰਦੀਆਂ ਕਹਿੰਦੀਆਂ ਆਈ ਸ਼ਰੀਕੇ ਚ ਆਈ ਇੱਕ ਹੋਰ ਬਿਰਧ ਮਾਤਾ ਸੁਰਚ ਵੈਣ ਕਰਦੀ ਕਹਿ ਰਹੀ ਸੀ ਹਾਏ ਰੱਬਾ ਮੈਂ ਪਿਛਲੀ ਵਾਰ ਆਈ ਮੈਨੂੰ ਸਟੇਸ਼ਨ ਤੋਂ ਲੈਣ ਗਿਆ ਤੇ 10 ਖਾਤਰਾਂ ਕੀਤੀਆਂ ਵੇਖ ਕੇ ਚੰਨ ਚੜਦਾ ਸੀ ਉਹਨੂੰ ਉਹਨੂੰ ਕਿਉਂ ਖੋ ਕੇ ਲੈ ਗਿਆ ਤੂੰ ਹੁਣ ਸਾਨੂੰ ਕੌਣ ਪੁੱਛੇਗਾ ਖੈਰ ਸੱਲਾ ਤੇ ਕੌਣ ਕਰੇ ਸੀ ਖਾਤਰਾਂ ਹਾਏ ਮੇਰੀ ਉਮਰ ਇਹਨੂੰ ਲੱਗ ਜਾਂਦੀ ਇੱਕ ਹੋਰ ਬਜ਼ੁਰਗ ਮਾਤਾ ਸੁਣਨ ਚਾਹਿਆ ਕਿ ਬੜੇ ਦੂਰ ਦੀ ਰਿਸ਼ਤੇਦਾਰ ਸੀ ਪਰ ਉਹਨੇ ਤਬਾਰੋਂ ਗਲੀਂ ਚੋਂ ਹੀ ਆਉਂਦੇ ਆ ਉੱਚੀ ਉੱਚੀ ਵੈਣ ਪਾਏ ਤੇ ਆ ਕੇ ਛਾਤੀ ਤੇ ਪੱਟਾਂ ਤੇ ਹੱਥ ਮਾਰ ਮਾਰ ਕੇ ਸਭ ਨੂੰ ਵੰਗਾ ਰਿਆ ਕਿ ਹਾਈ ਭਰੀ ਜਵਾਨੀ ਚ ਸਾਡਾ ਸ਼ਾਹ ਪੁੱਤਰ ਚਲਾ ਗਿਆ ਹਾਈ ਨਹੀਂ ਤੁਸੀਂ ਚੁੱਪ ਬੈਠੀਆਂ ਜਿਹੜੀਆਂ ਤੀਵੀਆਂ ਨਹੀਂ ਰੋ ਰਹੀਆਂ ਸੀ ਉਹਨਾਂ ਨੂੰ ਵੀ ਬਦੋਬਦੀ ਗਲੇ ਮਿਲ ਮਿਲ ਕੇ ਕਈ ਕੁਝ ਬੋਲਿਆ ਵੈਣ ਪਾਏ ਖੂਬ ਰੋਆਇਆ ਚਾਹ ਨਾਲ ਮਠੀਆਂ ਤੇ ਬਿਸਕਟ ਵਰਤਾਏ ਜਾ ਰਹੇ ਸਨ ਤੇ ਨਾ ਚੰਦ ਕੋ ਬਜ਼ੁਰਗ ਔਰਤਾਂ ਨੂੰ ਛੱਡ ਕੇ ਤਕਰੀਬਨ ਸਭ ਪੀ ਰਹੇ ਸਨ ਯੁਵਾ ਪੀੜ੍ਹੀ ਜੋ ਕੁਝ ਕੁ ਹਾਜ਼ਰੀਨ ਆਪਸ ਵਿੱਚ ਗੱਲਾਂ ਕਰਦੇ ਆਂ ਜੀਵਨ ਘੌਰ ਤੇ ਤਰਸ ਖਾ ਰਹੇ ਸਨ ਤੇ ਬੜੇ ਮਮਨੂਨ ਸਨ ਕਿ ਸਵੇਰ ਦਾ ਉਹਨੇ ਪਾਣੀ ਤੱਕ ਬੁੱਲਾਂ ਨੂੰ ਨਹੀਂ ਸਿਲਾਇਆ ਸਭ ਪਾਸੇ ਰੋਣ ਪਿੱਟਣ ਮੱਚਿਆ ਸੀ ਚੰਦ ਕੋ ਬਜ਼ੁਰਗ ਔਰਤਾਂ ਨੇ ਉੱਚੀ ਉੱਚੀ ਰੋ ਰੋ ਕੇ ਵੈਣ ਪਾ ਕੇ ਸਭ ਦਾ ਦਿਲ ਹਿਲਾ ਦਿੱਤਾ ਸੀ ਰੋਂਦਿਆਂ ਰੋਂਦਿਆਂ ਪੇਸ਼ਾਬ ਦੀ ਹਾਜਤ ਮੁੜ ਮੁੜ ਸਤਾਂਦੀ ਏ ਕਹਿ ਕੇ ਜੀਵਨ ਘੌਰ ਬਾਥਰੂਮ ਵੱਲ ਨੂੰ ਗਈ ਤੇ ਕੁਝ ਮਿੰਟਾਂ ਬਾਅਦ ਬਾਥਰੂਮ 'ਚ ਹੀ ਆਪਣੀ ਦੋਤੀ ਹੱਥੋਂ ਚਾਹ ਦਾ ਗਲਾਸ ਪਕੜਦੇ ਆਂ ਉਹਨੂੰ ਫਟਕਾਰ ਕੇ ਕਹਿ ਰਹੀ ਸੀ ਤੈਨੂੰ ਗੋਲਾ ਲਗੇ ਖਾਣ ਨੂੰ ਨਾਲ ਕੁਝ ਨਹੀਂ ਲਿਆਈ ਤੈਨੂੰ ਸਮਝਾਇਆ ਵੀ ਸੀ ਜਾਨ ਨਿਕਲ ਗਈ ਐ ਰੋ ਰੋ ਕੇ ਵੈਣ ਪਾਪ ਆਕੇ ਜਾ ਜਾ ਕੇ ਮਿਲਕਣੇ ਜੇ 2-4 ਮੱਠੀਆਂ ਤੇ ਬਿਸਕਟ ਚੁੱਕ ਲਿਆ ਪੁੱਤ ਬੁੜਿਆਂ ਦਾ ਖਿਆਲ ਰੱਖੀਦਾ ਧੰਨਵਾਦ